ਨਾਲ ਨਾਲ ਉਹ ਕਰ ਦਿੰਦੇ ਹਾਂ। ਹਾਂ ਕਰਦੇ ਰਹੋ, ਜੇ ਖੇਤਾਂ 'ਚ ਪਾਣੀ ਨਹੀਂ ਚੱਲ ਰਿਹਾ ਜੇ ਪਾਣੀ ਨਹੀਂ। ਹਾਏ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੁਣ ਦੇ ਸਮੇਂ ਦੀ ਲੋੜ ਕੁਦਰਤੀ ਖੇਤੀ ਦੀ, ਕੁਦਰਤੀ ਸਰੋਤਾਂ ਦੀ, ਉਹਦੇ ਮੱਦੇ ਨਜ਼ਰ ਹੈ ਜਿਹੜੇ ਪਾਣੀ ਅਣਮੁੱਲੇ ਪਾਣੀਆਂ ਨੂੰ ਬਚਾਉਣ ਵਾਸਤੇ ਅਤੇ ਕਿਸਾਨੀ ਨੂੰ ਬਚਾਉਣ ਵਾਸਤੇ ਜਿਹੜੇ ਉਪਰਾਲੇ ਹੋ ਰਹੇ ਨੇ, ਜਿਹੜੇ ਡਾਕਟਰ ਦਲੇਰ ਸਿੰਘ ਜੀ 20 ਸਾਲ ਤੋਂ ਕਰ ਰਹੇ ਨੇ ਅਤੇ ਅੱਗਾਂ ਵਧੂ ਕਿਸਾਨ ਜਿਹੜੇ 5-4 ਸਾਲਾਂ ਤੋਂ ਜਿਹੜੇ ਹੁਣ ਇਸ ਚੀਜ਼ ਨੂੰ ਅਪਣਾਉਣ ਲੱਗੇ ਨੇ ਅਤੇ ਹੁਣ ਸਮੇਂ ਦੀ ਲੇਬਰ ਦੀ ਮੁੱਖ ਰੱਖਦੇ ਹੋਏ ਲੋਕਾਂ ਨੂੰ ਇਸ ਚੀਜ਼ ਦੀ ਹੋਰ ਜਾਗਰੂਕਤਾ ਪੈਦਾ ਹੋਈ ਹੈ, ਲੋੜ ਮਹਿਸੂਸ ਹੋਈ ਹੈ ਅਤੇ ਜਿਹੜੇ ਲੋਕ ਨੇ ਕਿਸਾਨ ਨੇ ਹੈ ਨਾ ਉਹ ਇਸ ਸੁੱਕੀ ਬਿਜਾਈ DSR ਸਿੱਧੀ ਬਿਜਾਈ ਰਾਹੀਂ ਜਿਹੜੇ ਉਹ ਹੋ ਰਹੇ ਨੇ ਅਤੇ ਇੱਥੇ ਇਸੇ ਦੇ ਚੱਲਦੇ ਚੱਲਦੇ ਅਸੀਂ ਆਪਣੇ ਜ਼ਿਮੀਦਾਰ ਨੇ ਜੋ ਤੇਜਾ ਸਿੰਘ ਜੀ ਦਗਾਲ ਤੋਂ ਅਤੇ 100-125 ਕਿੱਲੇ ਦੀ ਖੇਤੀ ਕਰਦੇ ਨੇ ਅਤੇ ਇਹਨਾਂ ਨੂੰ ਵੀ 2-3-4 ਸਾਲ ਹੋ ਗਏ, 12-13 ਸਾਲ ਦਾ ਐਕਸਪੀਰੀਅੰਸ ਹੈ ਜੀ ਇਹਨਾਂ ਦਾ ਇਸ ਸੁੱਕੀ ਬਿਜਾਈ ਦਾ। ਇਹ ਆਪਦੇ ਵੱਖਰੇ ਵੱਖਰੇ ਤਰੀਕੇ ਨਾਲ ਜਿਹੜੇ ਕਰਦੇ ਰਹੇ ਨੇ, 5-10 ਪਿੰਡਾਂ 'ਚ ਬੀਜਣ ਜਾਂਦੇ ਹਾਂ। ਹਾਂ ਅਤੇ ਹੁਣ ਇਹ ਕਹਿੰਦੇ 5-10 ਪਿੰਡਾਂ 'ਚ ਵੀ ਬੀਜਦੇ ਨੇ, ਕਮਾਂਡ ਕੋਈ ਪਿੰਡ ਨਹੀਂ ਹੈਗੇ ਜਿਹਦੇ 'ਤੇ ਨਾ ਬੀਜ ਗਿਆ। ਹਾਂ ਅਤੇ ਇਹਨਾਂ ਦੇ ਖੇਤ ਵਿੱਚ ਆਪਾਂ ਇਹ ਦੇਖੋ ਇਹਨਾਂ ਨੇ ਬਿਜਾਈ ਕਰਕੇ ਇਹ ਪਾਣੀ ਲਾਇਆ ਹੋਇਆ ਸੁੱਕੀ ਬਿਜਾਈ ਕਰਕੇ ਅਤੇ ਪਾਣੀ ਛੱਡ ਗਿਆ ਅਤੇ ਆਪਾਂ ਇਹਨਾਂ ਨਾਲ ਵੀ ਹੁਣ ਖੜ ਕੇ 2000 ਗੱਲਾਂ ਕਰਾਂਗੇ। ਅਤੇ ਜਿਹੜੀ ਸਮੇਂ ਦੀ ਡਿਮਾਂਡ ਹੈ ਹੈ ਨਾ, ਸਾਰੇ ਪਿੰਡਾਂ ਦੇ ਗਵਾਂਢਾਂ 'ਚ ਹੋਰ ਮਸ਼ੀਨ ਕੋਈ ਬੀਜਣ ਵਾਲੇ ਤਜਰਬੇ ਕਰਕੇ ਬੀਜਾਂਗੇ। ਇਹ ਫੁੱਲੇ 'ਚ ਬੀਜਿਆ ਜਾਂਦਾ ਉੱਪਰ ਉੱਪਰ ਹੈ? ਹਾਂ ਜੀ, ਫਿਰ ਉਹ ਦਾਣੇ ਲੁਕਣਾ ਹੁੰਦਾ, ਦਾਣੇ ਲੁਕਣਾ ਹੁੰਦਾ। ਅੱਛਾ, ਉੱਪਰਲੇ ਪਾਸੇ ਬੀਜੀ ਜਾਂਦੀ ਹੈ, ਉੱਪਰੇ ਜੇ ਬੀਜੀ ਜਾਂਦੀ ਹੈ, ਜਾਈ ਡੂੰਗਾ ਨਹੀਂ ਬੀਜੀ। ਫਿਰ ਜ਼ਿਆਦਾ ਮਿੱਟੀ ਦੀ ਕਾਹਨੂੰ, ਦੇਖੋ ਆਹ ਡਿੱਗੇ ਦਾਣੇ। ਠੀਕ ਹੈ ਠੀਕ ਹੈ, ਹੈ ਠੀਕ ਹੈ। ਇਹ ਵੀ ਡਿੱਗੇ ਹੁਣ ਕੀ ਇੱਧਰ ਲੱਗ ਗਏ ਨੇ। ਹਾਂ ਉਹਦੇ ਕਰਕੇ ਉੱਧਰ ਹੀ ਲੱਗਾ ਹਾਂਜੀ। ਅੱਜ ਸੁੱਕੀ ਬਿਜਾਈ ਜਿਹੜੀ ਕਰਦੇ ਉਹ ਕਰਨ ਕੁਰੰਡ ਨਹੀਂ ਹੁੰਦੀ ਹੈਗੀ, ਬਹੁਤ ਵਧੀਆ ਜਮਾ ਉਹਦਾ, ਦੋ ਪਾਣੀਆਂ ਜੰਮ ਜਾਂਦੀ ਹੈ। ਠੀਕ, ਬਾਕੀ ਜਿਹੜਾ ਸਾਨੂੰ 12-13 ਸਾਲ ਦਾ ਤਜਰਬਾ ਦੀ ਛੱਡਿਆ ਨਹੀਂ ਇਹ ਕੰਮ। ਠੀਕ, ਫਿਰ ਅਸੀਂ ਸਾਨੂੰ ਤਾਂ ਮਸ਼ੀਨਾਂ ਵੀ ਆਪ ਲਿਆਉਣੀਆਂ ਪਈਆਂ 2-3। ਠੀਕ, ਵੀ ਸਾਰੇ ਗਵਾਂਢਾਂ 'ਚ ਅਸੀਂ 13-14 ਪਿੰਡ ਲਵੇ ਗਵਾਂਢ 'ਚ ਦੌਲਤੀ ਵਾਲਾ ਕੋਈ ਵੀ ਧੂੜ ਬੁਰਿਆਸ ਆ, ਬਾਕੀ ਰਿਹਾਊ ਚੰਨਾਗਰਾ ਨਿਹਾਲਗੜ੍ਹ ਸਾਰੇ ਸਾਦੀ ਸਾਰੇ ਪਿੰਡਾਂ ਦੇ ਵਿੱਚ ਬਿਜਾਈ ਕਰਨ ਜਾਂਦੇ, ਕਿਤੇ 20 ਕਿੱਲੇ ਕਿਤੇ 50, ਬਾਕੀ ਹੋਰਾਂ ਦੇ ਬਜਾਏ ਨੇ ਸਾਡੇ ਕੋਲ ਜ਼ਿਆਦਾ ਐਵੇਂ ਆਉਂਦੇ ਨੇ ਵੀ ਇਹਨਾਂ ਨੂੰ ਤਜਰਬਾ ਹੈ। ਠੀਕ, ਉਹ ਤਜਰਬੇ ਕਰਕੇ ਸਾਨੂੰ ਬਿਜਾਈ ਕਹਿੰਦੇ ਵੀ ਤੁਸੀਂ ਕਰੋ ਆ ਕੇ, ਉਹ ਅਸੀਂ ਜਦੋਂ ਬੀਜਦੇ ਹਾਂ ਵੀ ਅਸੀਂ ਆਪੇ ਹੁਣ 50-60 ਕਿੱਲੇ ਐਤਕੀ ਬੀਜਾਂਗੇ, ਪਿਛਲੇ ਸਾਡੇ ਕੋਲ 50 ਅਤੇ 50 ਤੋਂ ਐਤਕੀ ਵਧਾ ਕੇ ਬੀਜਾਂਗੇ। ਠੀਕ, ਵੀ ਲਾਈਟ ਦੇ ਹਿਸਾਬ ਨਾਲ ਜ਼ਿਆਦਾ ਹੀ ਬੀਜੀ ਜਾਂਦੇ, ਜੇ ਪਾਣੀ ਦਾ ਸਾਡੇ ਕੋਲ ਹੁਣ ਪਾਣੀ ਜ਼ਿਆਦਾ ਹੈ ਤਾਂ ਉਹ ਬਿਜਾਈ ਜ਼ਿਆਦਾ ਹੋ ਜੂਗੀ। ਠੀਕ, ਜੇ ਪਾਣੀ ਦੀ ਘਟੌਤੀ ਹੈ ਫਿਰ ਬਿਜਾਈ ਘੱਟ ਜੂਗੀ, ਉਦੋਂ ਪਾਣੀ ਪਿੱਛੇ ਸਾਲਾਂ 'ਚ ਘੱਟ ਮਿਲਦਾ ਸੀ, 4 ਘੰਟੇ 'ਚ ਕਿੱਲਾ ਨਹੀਂ ਭਰਦਾ ਸੀ। ਠੀਕ, ਉਹਦੇ ਕਰਕੇ ਸਾਨੂੰ ਦਿੱਕਤ ਬੜੀ ਆਉਂਦੀ ਸੀ ਫਿਰ ਪਾਣੀ ਦੀ, ਫਿਰ ਜ਼ਿਆਦਾ ਬੀਜ ਲੈਂਦੇ ਫਿਰ ਉਹ ਮਗਰੋਂ ਲੋ ਉਸ ਨੂੰ ਫੂਕਦੀ ਸੁੱਕ ਜਾਂਦੀ ਸੀ। ਠੀਕ, ਔਰ ਜਦੋਂ ਪਾਣੀ ਫਾਲਤੂ ਹੈ ਫਿਰ ਵੱਤ ਦਾ ਪਾਣੀ ਤਾਂ 2-3 ਚਾਹੀਦੇ ਨੇ ਬਸ, ਫਿਰ ਨਹੀਂ ਲੋੜ ਪੈਂਦੀ। ਹਾਂ, ਅਤੇ ਤੀਜੇ ਪਾਣੀ 'ਚ ਹਰਿਆਈ ਲੱਗ ਜਾਂਦੀ ਮਾਰਨੀ। ਠੀਕ ਹੈ, ਹਾਂ। ਅਤੇ ਜਿਹੜੀ ਇਹ ਆਪਾਂ ਹੁਣ ਤੁਸੀਂ ਇਹਨੂੰ ਸੁੱਕੀ ਵਾਹ ਕੇ ਇਹ ਪਹਿਲਾਂ ਕੰਪਿਊਟਰ ਕਰਾ ਲਾ ਕੇ ਸੁੱਕੀ ਵਾਹ ਕੇ ਬਿਜਾਈ ਕਰ ਰਹੇ ਹੋ? ਹਾਂਜੀ। ਠੀਕ ਹੈ, ਅਤੇ ਆਹ ਦੇਖੋ ਪਿੱਛੇ ਇਹਨੂੰ ਪਾਣੀ ਹੈ ਨਾ, ਨਾਲ ਦੀ ਨਾਲ ਪਾਣੀ ਲਾ ਰਹੇ ਨੇ। ਠੀਕ ਹੈ, ਇਹ ਕਿੰਨੇ ਪਾਣੀਆਂ 'ਚ ਜਿਹੜੀ ਕਣਕ ਸਾਰੀ ਜੀਰੀ ਹੈ ਜਿਹੜੀ ਜੰਮਿਆ ਹੋਊਗੀ? 3 ਪਾਣੀ 'ਚ ਹਰਿਆਈ ਮਾਰੂਗੀ, ਦੂਜੇ ਪਾਣੀ ਲਿਕੜੇ ਆਉਂਦੇ ਆ ਜੀ। ਠੀਕ, ਤੀਜੇ ਪਾਣੀ 'ਚ ਤਾਂ ਫਿਰ ਹਰਿਆਈ ਮਾਰੂਗੀ ਵੀ ਜਿਵੇਂ ਆਪਣੀ ਬਹੁਤ ਦੂਰੋਂ ਦਿਖਦੀ ਐਂ ਦੇਖਣ ਲੱਗ ਜੂਗੀ। ਅਤੇ 72 'ਤੇ ਜਿਹੜੀ ਆਪਾਂ ਇਹ ਸੁੱਕੀ ਬੀਜਦੇ ਹਾਂ ਇਹਦੇ ਵਿੱਚ ਆ ਕੇ ਦੇਖੋ, ਆ ਤੁਹਾਨੂੰ ਆਹ 72 ਬੀਜੀ ਅਸੀਂ, ਇਹ ਪਿਛਲੇ ਸਾਲ ਵੀ ਇਹੀ ਬੀਜੀ ਸੀ 72, ਇਹ ਗਵਾਂਢੀ ਆਪਣੇ ਇਹ 72 ਨਾਲ ਬੀਜਦੇ ਨੇ। ਆਹ ਦੇਖੋ ਆਹ ਸਾਨੂੰ ਕਈ ਤਰੀਕ ਨੂੰ ਬੀਜੀ ਆਪਾਂ ਨੇ ਇਹ, ਹਾਂ ਜੀ ਆਪਾਂ ਨੇ ਨਾਲੇ ਬੀਜੀ, ਆਪਾਂ ਨੇ 13 ਤਰੀਕ ਨੂੰ ਬੀਜੀ, ਨਿਕਲਣ ਲੱਗ ਗਏ। ਚਲੋ 15 ਨੂੰ ਲਾ ਲਓ, 15 ਤਰੀਕ ਨੂੰ ਬੀਜੀ, ਅੱਜ 4-5 ਦਿਨ ਹੋਏ ਨੇ। ਹਾਂਜੀ,
ਜਿਹੜੀ ਜੰਮਣ ਤੋਂ ਬਾਅਦ ਫੇਰ ਸਪਰੇ ਕਰੋ। ਪਹਿਲਾਂ ਅਸੀਂ ਕੀ ਕਰਦੇ, ਮਸ਼ੀਨ ਬਾਹਰ ਕੱਢਦੇ, ਛੇਤੀ ਕਰੋ ਛੇਤੀ ਗਿੱਲੀ ਗਿੱਲੀ ਸਪਰੇ ਕਰੋ। ਠੀਕ ਹੈ, ਉਹ ਖਰਚੇ ਤੋਂ ਅਸੀਂ ਉਹ ਨਹੀਂ ਪਾਸ ਹੋਇਆ ਵੀ ਸਪਰੇ ਪਾਸ ਨਹੀਂ ਹੋਈ। ਠੀਕ ਹੈ ਜੀ, ਉਹਦੇ ਕੱਖ ਜੰਮ ਜਾਂਦੇ। ਠੀਕ ਹੈ, ਯਾਨੀ ਕਿ ਸਪਰੇ ਦਾ ਟਾਈਮ ਲੰਘ ਜਾਂਦਾ ਜੀ ਬਾਅਦ ਚ ਕੱਖ ਪਾਣੀ ਕਰਦੇ ਸੀ ਜੀ, ਹਨੇਰੇ ਕਰਦੇ, ਰਾਤ ਨੂੰ ਵੀ ਕਰਦੇ ਸੀ, ਰਾਤ ਤੇ ਬੀਜਦੇ, ਫਿਰ ਉਸ ਨੂੰ ਅਸੀਂ ਪਿਛਲਾ ਪੈ ਯਾਨੀ ਕਿ ਪਾਣੀ ਲਾਣ ਤੋਂ ਬਾਅਦ ਸਪਰੇ ਕਰਨੀ ਚਾਹੀਦੀ ਹੈ। ਹਾਂ, ਪਾਣੀ ਲਾਣ ਤੋਂ ਬਾਅਦ ਸਪਰੇ, ਜਿਹੜਾ ਕੱਖ ਕੰਡਾ ਪੂਰੇ ਦਾ ਪੂਰਾ ਜੰਮਦਾ ਉਹ ਸਪਰੇ ਪੂਰਾ ਪੂਰੀ ਕੰਮ ਕਰ ਜਾਂਦਾ। ਬੱਤ ਆਉਣ ਤੋਂ ਕਿੰਨੇ ਕੁ ਦਿਨ ਬਾਅਦ? ਹਾਂ ਜੀ, ਬਸ ਪੈਰ ਤਰਾ ਹੋ ਜਾਏ ਵਿੱਚ ਵੜਨ ਨੂੰ, ਜਦੋਂ ਆਪਾਂ ਸ਼ੁਰੂ ਹੋ ਗਏ ਵੀ ਹਾਂ ਬੰਦਾ ਪੈਰ ਨਹੀਂ ਕੱਢਦਾ ਜਾ, ਅੱਛਾ ਜਦੋਂ ਉਹਦੀ ਸਪਰੇ ਕਰ ਦਿਓ ਜੀ। ਯਾਨੀ ਕਿ ਜੇ ਤੁਹਾਨੂੰ ਕੱਖ ਦੇਖਣ ਲੱਗ ਜਾਣਾ? ਨਾ ਕੱਖ ਨਾ ਨਾ, ਅੱਛਾ ਅੱਛਾ, ਕੱਖ ਨਹੀਂ ਦੇਖਣ ਦੀ ਲੋੜ। ਅੱਛਾ ਅੱਛਾ, ਪੈਰ ਕੱਖ ਹੋਣ ਨਾ ਹੋਣ, ਠੀਕ ਹੈ, ਉਹਨਾਂ ਨੂੰ ਜੰਮਣੇ ਨਹੀਂ ਦੇਣਾ ਆਪਾਂ ਨੇ। ਠੀਕ ਹੈ, ਪਾਣੀ ਲੈ ਕੇ ਜਿਵੇਂ ਬੱਤਰ ਆਉਂਦੀ ਤੇ ਜਿਵੇਂ ਆਪਾਂ ਗੁੱਲੀ ਡੰਡੇ ਵਾਲੀ ਕਰਦੇ ਹਾਂ, ਬਸ ਉਹ ਕੰਮ ਹੈ ਵੀ ਜਿਵੇਂ ਆਪਾਂ ਇਹ ਪਾਉਂਦੇ ਹਾਂ ਬੱਤਰ ਦਾ, ਬੱਤਰ ਬਸ ਉਦੋਂ ਪੈਰ ਖੜਦੇ ਚ, ਪੈਰ ਖੜਦੇ ਚ ਉਦੋਂ ਸਪਰੇ ਕਰ ਦਿਓ ਟਿਕਾਈ ਟਿਕਾਈ ਨਾਲ, ਆਪਦੇ ਹਿਸਾਬ ਨਾਲ ਪਾੜਾ ਨਾ ਛੱਡੋ। ਅੱਛਾ, ਇਹ ਵੀ ਨਹੀਂ ਵੀ ਆਪਾਂ ਸੁਕਾ ਕੇ ਕਰੀਏ? ਨਾ ਨਾ, ਸੁਕਾ ਕੇ ਕੱਖ ਨਹੀਂ ਮਰਨੀ। ਠੀਕ ਹੈ, ਠੀਕ ਹੈ, ਸੁਕਾ ਕੇ ਨਹੀਂ, ਯਾਨੀ ਕਿ ਥੋੜੀ ਜਿਹੀ ਨਰਮ ਬੱਤਰ ਹੋਵੇ। ਹਾਂ, ਨਰਮ ਬੱਤਰ, ਪੈਰ ਖੜਾ ਜੇ, ਬਸ ਫਿਰ ਵਧੀਆ ਚ ਹੁੰਦੀ। ਠੀਕ ਹੈ, ਠੀਕ ਹੈ। ਇਹ ਜਿਹੜੇ ਬੰਦੇ ਆਪਣੇ ਗਵਾਂਢੀ ਨੇ, ਇਹ ਚ ਕਾਮਯਾਬ ਨੇ, ਕਹਿੰਦੇ ਵੀ ਨਾ ਇਹ ਤਾਂ ਰੌਣੀ ਦੀ ਬੀਜਣੀ ਹੈ। ਅਸੀਂ ਕਹਿ ਰਹੇ ਵੀ ਜੇ ਹੁਣ ਅੱਜ ਦੀ ਘੜੀ ਚ ਇਹ ਜੰਮਣ ਲੱਗੀ ਹੈ, ਹਾਂਜੀ ਹਾਂਜੀ, ਇਹ ਤੇ ਮੀਂਹ ਪੈ ਗਿਆ ਕਹਿੰਦਾ, ਛੜਾਕਾ ਪੈ ਗਿਆ, ਇਹ ਫਿਰ ਉਹ ਛੜਾਕਾ ਜਿਹੜਾ ਨੁਕਸਾਨ ਐਂ ਕਰ ਦਿੰਦਾ, ਫਿਰ ਉਹ ਇਹਨੂੰ ਕਰਨ ਕਰ ਲੈਂਦਾ। ਠੀਕ ਹੈ ਜੀ, ਉਹ ਸਿੱਕਰ ਉੱਤੇ ਜੰਮਦਾ, ਫਿਰ ਉਹ ਜਮਾਓ 'ਚ ਫਰਕ ਪੈ, ਜੇ ਖੁੱਲ੍ਹ ਬਾਤੇ ਦੀ ਜੰਮੇ ਫਿਰ ਬਹੁਤ ਅੱਛੀ। ਨਹੀਂ ਫਿਰ ਜੇ ਇਹ ਕਈ ਵਾਰੀ ਕਰੰਟ ਹੋ ਜਾਵੇ ਫਿਰ ਤਾਂ ਤੁਸੀਂ ਇਹਦਾ ਕੀ? ਨਾ, ਫਿਰ ਕੋਈ ਇਲਾਜ ਨਹੀਂ ਹੈਗਾ, ਜੇ ਪਾਣੀ ਲਾ ਸਕਦੇ ਹਾਂ। ਜਾਨੀ ਕਿ ਪਾਣੀ ਲੱਗ ਕੇ ਹੱਲ ਹੋ ਜਾਂਦਾ? ਹਾਂ, ਹੱਲ ਹੋ ਜੂਗਾ, ਪਾਣੀ ਲਾ ਦਿਓ ਫਿਰ ਹੱਲ ਹੋ ਸਕਦਾ, ਉਹ ਨਹੀਂ ਹੱਲ ਹੁੰਦਾ ਹੈਗਾ। ਠੀਕ, ਹਾਂ, ਪਾਣੀ ਲੱਗ ਗਿਆ। ਜਾਨੀ ਕਿ ਕਰੰਟ ਦਾ ਇੰਨਾ ਡਰ ਨਹੀਂ ਹੈਗਾ? ਹਾਂਜੀ, ਕਰੰਟ ਦਾ ਬਹੁਤ ਡਰ ਹੈ ਜੀ, ਸਭ ਤੋਂ ਬੜਾ ਜਿਹੜੀ ਅਸੀਂ ਆਹ ਬੀਜਦੇ ਹਾਂ ਰੌਣੀ ਵਾਲੀ, ਇਹਨੂੰ ਕਰੰਟ ਦੀ ਡਰ ਹੈ, ਹੋਰ ਕੋਈ ਡਰ ਨਹੀਂ। ਜਿਹੜੀ ਆ ਨਹੀਂ, ਜਿਹੜੀ ਸੁੱਕੀ ਬਿਜਾਈ ਹੈ, ਅੱਛਾ, ਉਹ ਉਹਨੂੰ ਕਰਨ ਦਾ ਡਰ ਨਹੀਂ। ਠੀਕ ਹੈ, ਉਹਨੂੰ ਡਰ, ਉਹ ਇਹਨੂੰ ਡਰ ਹੈ, ਉਹਨੂੰ ਡਰ ਨਹੀਂ। ਠੀਕ, ਉਹ ਤਾਂ ਪਾਣੀ ਨਾਲ ਹੀ ਜੰਮਿਆ ਨੇ, ਉਹਦਾ ਦੂਜੇ ਪਾਣੀ ਨਿਕਲੇ ਹੋਊਗੀ, ਇਹਨੂੰ ਪਾਣੀ ਲਾਉਣਾ ਨਹੀਂ, ਇਹ ਫਿਰ ਕਰਨ ਮੰਨ ਜਾਂਦੀ ਹੈ। ਅਤੇ ਜਿਹੜੇ ਪਹਿਲਾਂ ਤੁਸੀਂ ਇਹ ਬੀਜਦੇ ਰਹੇ ਹੋ ਨਾ, ਅਤੇ ਪਿਛਲੇ ਸਾਲਾਂ 'ਚ ਤੁਹਾਡਾ ਇਹਦਾ ਜਿਹੜਾ ਕਿਹੋ ਜਿਹਾ ਤਜਰਬਾ ਰਿਹਾ ਇਹਦੇ ਝਾੜ ਦਾ, ਜਿਵੇਂ ਲੋਕਾਂ ਨੂੰ ਕਦੇ ਅਫਵਾਹ ਨੇ ਵੀ ਝਾੜ ਕੱਢ ਜੂ? ਕਈ ਵਾਰੀ ਤਾਂ ਸਾਡਾ ਨੁਕਸਾਨ ਵੀ ਹੋਇਆ ਵੀ ਕੱਖ ਜ਼ਿਆਦਾ ਹੋ ਜਾਣੇ, ਕੋਈ ਪਾਸਟਰ ਸਾਹਮਣੇ। ਅੱਛਾ, ਕੋਈ ਸਟਾਰਟਿੰਗ 'ਚ? ਹਾਂ, ਸਟਾਰਟਿੰਗ ਅਸੀਂ ਉਹ ਫਿਰ 5-4 ਕਿਤੇ ਦਾ ਹਰ ਸਾਲ ਵੀ ਦੇ 12-13 ਸਾਲ ਫਿਰ ਵਧਾਉਣੀ ਸ਼ੁਰੂ ਕਰਦੇ ਕਰਦੇ, ਹੁਣ ਅਸੀਂ ਪਿਛਲੇ ਸਾਲ ਸਾਡੇ ਕੋਲ ਉਹ ਤੋਂ ਪਿਛਲੇ ਸਾਲ 35 ਤੇ ਇਹਦੇ ਕਿ 50 ਤੇ ਇਹਦੇ ਕਿ ਅਸੀਂ ਸਾਰੇ ਖੇਤ ਬੀਜਣਾਂਗੇ। ਅਸੀਂ ਹੁਣ 25-30 ਕਿੱਲੇ ਦਾ ਬੀਜ ਰੱਖੇ ਨੇ, ਜਿਹਨਾਂ ਵਿੱਚੋਂ 5-7 ਕਿੱਲੇ ਰਹਿੰਦੇ ਨੇ ਰਮਾਣੇ ਪੱਕੇ। ਅੱਛਾ, ਪਾਣੀ ਦੇ ਹਿਸਾਬ ਨਾਲ ਬੀਜੀ ਜਾਂਦੇ ਹਾਂ, ਉਹ ਵੀ ਨਹੀਂ ਹੈਗਾ, ਪਾਣੀ ਆਈ ਜਾਊਗਾ ਅੱਗੇ ਅੱਗੇ ਬੀਜੀ। ਯਾਨੀ ਕਿ ਹੁਣ ਤੁਹਾਡਾ ਐਕਸਪੀਰੀਅੰਸ ਇੰਨਾ ਤਕੜਾ ਹੋ ਗਿਆ, ਹੁਣ ਸਾਨੂੰ ਕੋਈ ਕਿਸੇ ਚੀਜ਼ ਦਾ ਕੋਈ ਡਰ ਨਹੀਂ? ਨਹੀਂ, ਕੋਈ ਸਾਨੂੰ ਜਮੀ ਡਰ ਨਹੀਂ, ਜਿਹੜੇ ਸਾਡੇ ਗਵਾਂਢੀ ਦੇਖਦੇ ਕਿ ਆਹ ਪਿੰਡ ਆਉਂਦੇ, ਸਾਰੇ ਪਿੰਡ ਦਾ ਪਿੰਡ ਦੇਖਣ ਆਉਂਦਾ, ਹੁਣ ਉਹ ਇੰਨੇ ਸ਼ੁਰੂ ਹੋ ਗਏ, ਹੁਣ ਉਹ ਕਹਿੰਦੇ ਵੀ ਉਹ ਕਹਿੰਦਾ ਸਾਡੀ ਬੀਜੋ ਸਾਡੀ ਬੀਜੋ, ਜਿਹੜੇ ਸਾਡੇ ਗਵਾਂਢੀ ਦਾ ਸਾਰੇ ਦੇ ਸਾਰੇ ਤਿਆਰ ਹੋ ਗਏ ਵੀ ਸਾਡੇ ਤੌਰ 'ਤੇ ਬੀਜਣੀ, ਉਹਨਾਂ ਨੇ ਬੀਜਿਆ ਗਵਾਂਢੀਆਂ ਦੇ। ਠੀਕ ਹੈ, ਹਾਂ, ਬਹੁਤ ਵਧੀਆ, ਜਿਹੜੇ ਸਾਡੇ ਉਰੇ ਦੇਖ ਕੇ ਜਾਂਦੇ ਨੇ ਗਵਾਂ ਘੱਗੇ ਦੇਈ ਦੇ ਦੇਖਣ ਆਉਂਦੇ ਨੇ, ਫਿਰ ਉਹ ਜਦੋਂ ਦੇਖਣ ਆਉਂਦੇ ਨੇ ਫਿਰ ਉਹ ਦੇਖ ਕੇ ਕਹਿੰਦੇ ਵੀ ਤੁਸੀਂ ਪਤਾ ਨਹੀਂ ਕਿਵੇਂ ਪਾਲਦੇ ਹੋ, ਇਹ ਤਾਂ ਮਹਾ ਸਾਡਾ ਮਨ ਖੜਾਉਣਾ ਪੈਂਦਾ ਵੀ ਬਹੁਤ ਵਾਂਗੂ ਪਾਲਣੀ ਪੈਂਦੀ, ਬਹੁਤ ਪਲ ਗਈ ਸਾਡਾ ਇਹ ਪਲ ਗਿਆ, ਜੇ ਕੱਖ ਉਦੋਂ ਐਂ ਲੱਗਦੀ ਹੈ ਵੀ ਬਾਹਣ ਥੋੜ੍ਹਾ ਜਿਹਾ ਐਂ ਲੱਗਦਾ ਨਿਆਣੀ ਕਰਕੇ ਵੀ ਇਹਦਾ ਅਸੀਂ ਰਹਿ ਗਏ, ਜਿਹਦਾ ਮਨ ਨਹੀਂ ਖੜਦਾ ਉਹ ਤਾਂ ਵਾਹ ਹੀ ਲੈਂਦਾ ਵਿੱਚ ਰਣ ਜਾਣ ਦਾ, ਉਹ ਡਰ ਪੈਦਾ ਹੋ ਗਿਆ ਵੀ ਇਹ ਨਹੀਂ ਹੋਣੀ, ਪਰ ਇਹ ਸਾਨੂੰ ਤਜਰਬਾ ਇਹੋ ਜਿਹਾ ਹੋ ਗਿਆ ਵੀ ਅਸੀਂ ਤਾਂ ਇਹਨੂੰ ਬਣਾ ਹੀ ਲਵਾਂਗੇ। ਦੜੇ ਚ ਪੈਂਦਾ 30 ਕਮੰਡ, ਅਸੀਂ 1 ਕਿੱਲਾ ਤਾਂ ਬੀਜਦੇ ਨੀ, 1 ਕਿੱਲਾ ਨਾਟ ਅਸੀਂ ਵੇਚਦੇ, ਸਾਰੇ ਦੜੇ ਚ 85 ਮਣ ਦਾ ਦੜਾ ਆਪਣਾ ਸਾਰੇ ਖੇਤਾਂ ਦਾ। ਹਾਂਜੀ, 75 ਮਣ ਦਾ ਪੈ ਗਿਆ ਜਿਹੜਾ ਖੇਤ ਮਾੜੇ ਤੇ, ਇੱਕ ਖੇਤ ਅਸੀਂ ਨਹੀਂ ਅੱਡ ਵੀ ਵੇਚਦੇ ਹਾਂ ਨਾ, ਅੱਡ ਰੱਖਦੇ ਹਾਂ, ਇਹ ਖੇਤ ਨੂੰ ਅੱਡ ਰੱਖਦੇ ਹਾਂ, ਉਹ ਤਕੜੇ ਖੇਤ ਨੂੰ ਅੱਡ, ਮਤਲਬ ਹੈ ਜਿਹੜੀ ਆਪਾਂ ਦੂਜੀ ਲਵਾਈ ਕੱਦੂ ਵਾਲੀ ਕਰਦੇ ਹਾਂ ਉਹਦੇ ਮੁਕਾਬਲੇ ਕਿੰਨਾ? ਉਹਦੇ ਮੁਕਾਬਲੇ 'ਚ ਉੱਪਰੇ ਰਹੀ ਜੇ 1-2 ਕਮੰਟਲ ਥੱਲੇ ਨਹੀਂ। ਅੱਛਾ, ਉਹ ਤੋਂ ਉੱਪਰੇ ਫਿਰ ਜਿਹੜਾ ਸਾਡਾ ਹੋਰ ਖਰਚਾ ਵੀ ਹੈ, ਜਿਵੇਂ ਰੇਹ ਖਲਿਆਣਾ ਅਸੀਂ ਹੋਰ ਕੁਛ ਕਰਨਾ ਕੰਮ ਵਿੱਚ ਕਰਨਾ, ਉਹ ਜਿਵੇਂ ਮਾੜਾ ਬੰਦਾ ਵੀ ਕਰ ਸਕਦਾ, ਉਹਨਾਂ ਨੇ ਕਿਹੜਾ ਵਿੱਚ ਕੱਢਣਾ, ਉਹ ਜਦੋਂ ਬੱਤ ਆ ਗਈ ਸੁੱਕੇ ਚ ਖੰਡਿਆ ਲਓ ਰੇ, ਪਾਣੀ 'ਚ ਖੰਡਿਆ ਲਓ,
ਉਹਦਾ ਪੈਰ ਕੱਢਦਾ ਨਹੀਂ, ਲਿਪੜਨਾ ਨਹੀਂ। ਉਹ ਬਹੁਤ ਵਧੀਆ ਇਹਦੇ 'ਚ ਰਿਜ਼ਲਟ ਹੈਗਾ ਜੀ। ਇਹ ਤਾਂ ਮੈਂ ਕਹਿੰਦਾ ਜੀ ਕਿ ਉਹ ਲੋਕ ਸਾਰੇ ਇਸ ਗੱਲ ਨੂੰ ਚਿੱਬੜ ਜਾਣ, ਇਹਦਾ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਣੀ। ਅੱਛਾ, ਜਿਹੜੇ ਪੇਡੇ ਲਾਉਣੇ ਨੇ ਕਿਤੇ ਸਿੱਧਾ ਰਹਿ ਗਿਆ, ਇਹ 'ਚ ਹੀ ਪੱਟ ਕੇ ਲਾਉਣੇ। ਠੀਕ ਹੈ। ਜਿਹੜਾ ਪੇਡਾ ਕਿਤੇ ਆਪਾਂ ਨੂੰ ਦਿਖਦਾ ਵੀ ਆਹ ਗੁੰਜੇ 'ਚ ਨਹੀਂ ਜੰਮਿਆ, ਕਿਤੇ ਹੋਰ ਵੀ ਪੜ ਹੈ, ਤਾਂ ਫਿਰ ਉਹ ਇਹ 'ਚ ਹੀ ਪੱਟ ਕੇ ਲਾ ਦਿਉ। ਇਹ ਆਪੇ ਬੜੀ ਤਕੜ ਨਾਲ ਦੀ ਨਾਲ ਉਹੀ ਉਹਦੀ ਚੱਲ ਪੈਂਦਾ, ਉਹ ਨਾਲੇ ਪੱਕਦਾ। ਜੇ ਪੌਦ 'ਚੋਂ ਨਾ ਪੱਟ ਕੇ ਲਾਓ, ਇਹ 'ਚ ਹੀ ਲਾ ਦਿਉ, ਇਹ ਸੰਘਣੀ ਹੁੰਦੀ ਹੈ। ਅਤੇ ਕਿਸਾਨ ਵੀਰੋ, ਇੱਕ ਤੁਹਾਡਾ ਡਰ ਭੁਲੇਖਾ ਵਹਿਮ ਆਪਾਂ ਦੂਰ ਕਰ ਦਈਏ। ਇਹ ਤੇਜਾ ਸਿੰਘ ਜੀ ਹੈ ਨਾ ਪਿੰਡ ਦਗਾਲ ਤੋਂ, ਜਿਹੜੇ 100-125 ਕਿੱਲੇ ਦੀ ਖੇਤੀ ਕਰਦੇ ਨੇ, ਅਤੇ ਘੱਟੋ ਘੱਟ ਇਹਨੇ 10-12 ਸਾਲ ਦਾ ਇਹਦਾ ਤਜਰਬਾ ਹੋ ਗਿਆ। ਹੌਲੀ ਹੌਲੀ ਵਧਾਉਂਦੇ ਵਧਾਉਂਦੇ ਹੁਣ ਇਹ 50-60 ਕਿੱਲਿਆਂ ਤੋਂ ਉੱਪਰ ਦੀ ਬਿਜਾਈ, ਸਿੱਧੀ ਬਿਜਾਈ ਕਰ ਰਹੇ ਨੇ। ਅਤੇ ਇਹ ਕਹਿੰਦੇ ਨੇ ਸਾਡਾ ਕਦੇ ਵੀ ਝਾੜ ਦੂਜੀ ਕੱਦੂ ਵਾਲੀ ਜੀਰੀ ਨਾਲੋਂ ਘਟਿਆ ਨਹੀਂ, ਵੱਧ ਕੇ ਹੈ। ਅਤੇ ਇੱਕ ਸਾਡਾ ਆਮ ਲੋਕਾਂ ਦੇ ਮਨਾਂ 'ਚ ਵਹਿਮ ਹੈ ਜੀ, ਕਹਿੰਦੇ ਲੋਕ ਆਪਦੀ ਮਾਲਕੀ 'ਚ ਨਹੀਂ ਕਰ ਸਕਦੇ, ਵੀ ਕਹਿਣਗੇ ਠੇਕੇ ਤਾਂ ਪੂਰੇ ਨਹੀਂ ਹੁੰਦੇ ਜੀ, ਠੇਕੇ ਕਿੱਥੋਂ ਕਰਾਂਗੇ, ਹੈ ਨਾ। ਅਤੇ ਡਰ ਦੇ ਮਾਰੇ ਕਹਿੰਦੇ ਵੀ ਲੋਕ ਠੇਕੇ ਵਾਲੇ ਬੀਜਦੇ ਨਹੀਂ। ਇਹ ਤੇਜਾ ਸਿੰਘ ਜੀ ਸਾਰੀ ਹੀ ਜ਼ਮੀਨ ਠੇਕੇ 'ਤੇ ਚੱਕਦੇ ਨੇ, ਠੀਕ ਹੈ। ਠੇਕੇ 'ਤੇ ਚੱਕ ਕੇ ਇਹ 50 ਕਿੱਲੇ ਜਿਹੜੇ ਸਿੱਧੀ ਬਿਜਾਈ ਦੀ DSR ਰਾਹੀਂ ਕਰ ਰਹੇ ਨੇ। ਅਤੇ ਇਹਨਾਂ ਤਜਰਬਾ ਵੀ ਦੇਖੋ 10-12 ਸਾਲ ਦਾ ਹੋ ਗਿਆ। ਆਪਾਂ ਨੇ ਪਿਛਲੇ ਸਾਲ 300 ਕਿੱਲਾ ਬੀਜਿਆ, ਠੀਕ ਹੈ। ਅਤੇ ਆਲੇ ਦੁਆਲੇ, ਹਾਂ ਜੀ, ਅਤੇ ਇਹ ਆਲੇ ਦੁਆਲੇ ਲੋਕਾਂ ਵੀ ਬੀਜਦੇ ਨੇ। ਪਿਛਲੇ ਸਾਲ ਇਹਨੇ ਕਹਿੰਦੇ ਨੇ 300 ਕਿੱਲਿਆਂ ਦੀ ਬਿਜਾਈ ਕੀਤੀ ਅਸੀਂ। ਅਤੇ ਇਹ ਲੋਕ ਸਾਡੇ ਜ਼ਿਮੀਂਦਾਰਾਂ ਦੇ ਮਨ 'ਚ ਡਰ ਨਹੀਂ ਹੋਣਾ ਜੀ ਹੁੰਦਾ ਵੀ ਇਹ ਠੇਕੇ 'ਤੇ ਲੈ ਕੇ ਅਸੀਂ ਕਰ ਨਹੀਂ ਸਕਦੇ, ਇਹ ਸਾਰੀ ਜ਼ਮੀਨ ਹੀ ਠੇਕੇ 'ਤੇ ਚੱਕਦੇ ਨੇ। ਇਹ ਤਾਂ ਸਕਾਲੀ ਬੜੀ ਹੈ ਜੀ। ਹਾਂ, ਜਿਹਦੇ ਮਾਲਕੀ ਆ ਉਹਨੂੰ ਤਾਂ ਇਸ ਚੀਜ਼ ਦੇ ਡਰ ਨਹੀਂ ਹੋਣਾ ਚਾਹੀਦਾ। ਹਾਂ, ਇਹ ਮੈਨੂੰ ਲੱਗਦਾ ਵੀ ਆਪਣੇ ਲੋਕਾਂ ਨੇ, ਕੁਛ ਲੋਕਾਂ ਨੇ ਇਸ ਇਹਨਾਂ ਚੀਜ਼ਾਂ ਦਾ ਜ਼ਿਆਦਾ ਡਰ ਪੈਦਾ ਕਰਾਇਆ। ਬਸ ਪੱਟ ਨਹੀਂ, ਚੌਪੜ ਨਹੀਂ, ਪਾਣੀ 'ਚ ਨਹੀਂ, ਉਹ ਕੋਈ ਕੰਮ ਕਰਨਾ, ਪੱਟਾਂ ਚੌਪੜੋ, ਕਹਿੰਦੇ ਮਜ਼ਦੂਰੀ ਲੱਗੋ, ਹਾਂਜੀ, ਠੀਕ ਹੈ, ਠੀਕ ਹੈ। ਜਾਣੀ ਕਿ ਜਾਣੀ ਕਿ ਤੁਹਾਨੂੰ ਦੇਖ ਕੇ ਨਾਲ ਦੇ ਗਵਾਂਢਾਂ ਵਾਲੇ ਵੀ ਬੀਜਣ ਲੱਗ ਗਏ। ਸਾਰੇ ਗਵਾਂਢ ਦੇਖਣ ਆਉਂਦੇ ਨੇ, ਠੀਕ ਹੈ। ਤੇ ਤੁਸੀਂ ਇੱਕ ਵਾਰੀ ਫੇਰੇ ਨੇ ਜਿਹੜੇ ਬੀਜਣ ਦੇ ਨਦੀਨ ਬਾਰੇ, ਹਨਾ, ਇਹਦੀ ਰੋਕਥਾਮ ਬਾਰੇ ਕਿੰਨੇ ਕੁ ਦਿਨਾਂ 'ਚ ਕਰਨਾ ਚਾਹੀਦਾ? ਜਿਹੜਾ ਹੁਣ ਅਸੀਂ ਦਵਾਈ ਪਾਉਂਦੇ ਇਹਦੇ 'ਚ ਸ਼ੱਕ ਹੋਇਆ ਵੀ ਇੱਥੇ ਕੱਖ ਹੈਗੇ ਨੇ, ਹੈਗਾ ਜਦੋਂ ਪਹਿਲਾਂ ਅਸੀਂ ਉਲਝੇ ਰਹਿੰਦੇ ਸਾਰੇ ਕਿੱਲੇ ਦੁਬਾਰੇ ਕਰਨੇ, ਫਿਰ ਉਹ ਨਹੀਂ ਕੱਖ ਮਾਰਦੇ, ਜਿੱਥੇ ਤੇੜੀ ਰਹੀ ਵੀ ਪਾੜਾ ਰਹਿ ਗਿਆ, ਤਾਂ ਫਿਰ ਉੱਥੇ ਜਾ ਕੇ ਢੋਲੀ ਨੂੰ ਛਿੜਕ ਦਿਓ, ਜਿੰਨੀ ਲੋੜ ਆ ਉਨੀ ਛਿੜਕ। ਜਾਣੀ ਕਿ ਜਿੱਥੇ ਤੁਹਾਨੂੰ ਸ਼ੱਕ ਲੱਗੂਗਾ ਵੀ ਇੱਥੇ ਕੱਖ ਹੈਗੇ ਨੇ, ਸਿਰਫ ਉੱਥੇ ਜਾ ਕੇ ਤੁਸੀਂ ਦੁਬਾਰਾ ਫਿਰ ਜਿਵੇਂ ਜੰਮਦਾ ਵੀ ਉਹ ਇੰਨਾ ਜੰਮਿਆ ਆ,